ਹੋਇਆ ਸੀ ਤੁਹਾਡਾ ਐਮਜੀਬੀ ਜਿਹੜਾ ਇਹ ਭਾਰ ਘਟਾਉਣ ਦਾ ਆਪਰੇਸ਼ਨ ਸੀਗਾ 16 ਚ ਹੋਇਆ ਸੀ 2016 ਹਾਂਜੀ 2016 ਤੋਂ 22 6 ਸਾਲ ਹੋ ਗਏ ਤਕਰੀਬਨ ਹਨਾ ਹਾਂਜੀ ਤੇ ਅੱਜ ਹੁਣ ਆਪਾਂ ਭਾਰ ਚੈੱਕ ਕੀਤਾ ਤੁਹਾਡਾ 72 ਕਿਲੋ ਅਜੇ ਵੀ ਡਾਊਨ ਆ ਹਾਂਜੀ ਹਨਾ ਪਰ 7 ਕਿਲੋ ਵਧਿਆ ਵੀ ਹੋਇਆ ਵੇਟ ਹੁਣ ਤੁਹਾਡਾ ਇਹ ਜਿਹੜਾ 7 ਕਿਲੋ ਵਧਿਆ ਕਿੰਨੀ ਦੇਰ ਚ ਵਧਿਆ ਪਿਛਲੇ 3 ਸਾਲਾਂ ਚ ਹਨਾ 2.5 3 ਸਾਲ ਪਹਿਲਾਂ 80 ਕਿਲੋ ਘਟ ਗਿਆ ਹਾਂਜੀ ਹੁਣ 7 ਕਿਲੋ ਵਧ ਗਿਆ ਇੱਥੇ ਆਪਾਂ ਗੱਲ ਇਹ ਕਰਨੀ ਹੈ ਕਿ ਕਈ ਵਾਰ ਆਪਾਂ ਇਹ ਸੋਚਦੇ ਹਾਂ ਹੁਣ ਆਪਾਂ ਆਪਰੇਸ਼ਨ ਕਰਾ ਲਿਆ ਵੀ ਆਪਾਂ ਨੇ ਜਿੰਦਾ ਲਾ ਲਿਆ ਅੰਦਰ ਰੱਬ ਨੂੰ ਜੇਬ 'ਚ ਪਾ ਲਿਆ ਪਰ ਇੱਦਾਂ ਹੈ ਨਹੀਂ ਇਹਦੇ ਇਹੀ ਹੈ ਕਿ ਪਰਮਾਤਮਾ ਨੇ ਹੀ ਆਪਾਂ ਨੂੰ ਇਹ ਵਿਜ਼ਡਮ ਇਹ ਸੋਝੀ ਦਿੱਤੀ ਆ ਕਿ ਵੀ ਆਪਾਂ ਇਹਨੂੰ ਥੋੜ੍ਹਾ ਜਿਹਾ ਐਂ ਕਰ ਲਈਏ ਕਿ 2 ਕੁਇੰਟਲ ਦੇ ਨੇੜੇ ਭਾਰ ਚਲੇ ਜਾਣਾ ਮਤਲਬ ਹੈ ਵੀ ਡੈਫੀਨੇਟਲੀ ਕੋਈ ਨਾ ਕੋਈ ਗੱਲ ਹੈ ਖੁਰਾਕ ਤਾਂ ਐਂ ਤਾਂ ਹੈ ਨਹੀਂ ਸੀ ਕਿ 15 ਰੋਟੀਆਂ ਤਾਂ ਨਹੀਂ ਖਾਂਦੇ ਸੀਗੇ ਇੱਕ ਟਾਈਮ 'ਤੇ ਖਾਂਦੇ ਤਾਂ ਆਹੀ ਤੁਸੀਂ 3-4 ਰੋਟੀਆਂ ਵਾਲਾ ਹੀ ਕੰਮ ਸੀਗਾ ਰੋਟੀਆਂ ਬਾਰੇ ਦੱਸੋ ਵੀ ਹੁਣ ਕਿੰਨਾ ਖਾ ਲੈਂਦੇ ਹੋ ਤੁਸੀਂ ਰੋਟੀ ਇੱਕ ਟਾਈਮ 'ਤੇ 2 ਰੋਟੀਆਂ 2 ਰੋਟੀਆਂ ਦਾਲ ਸਬਜ਼ੀ ਨਾਲ ਪੇਟ ਭਰ ਜਾਂਦਾ ਸੋ ਇਹਦੇ 'ਚ ਇੱਕ ਤਾਂ ਇਹ ਹੈਗਾ ਵੀ ਜਿਵੇਂ ਜਿਵੇਂ ਸਰਜਰੀ ਪੁਰਾਣੀ ਹੁੰਦੀ ਆ ਆਪਣੀ ਇੰਟਸਟਾਈਨ ਅਡੈਪਟ ਕਰਦੀ ਆ ਸਰੀਰ ਸਮਝ ਲੈਂਦਾ ਵੀ ਆਪਰੇਸ਼ਨ ਹੋਇਆ ਸੀਗਾ ਤੁਸੀਂ ਇਹ ਦੇਖਿਆ ਹੋਣਾ ਪਹਿਲਾਂ ਲੈਟਰਿਨ 'ਚ ਤੇਲ ਜ਼ਿਆਦਾ ਨਿਕਲਦਾ ਹੌਲੀ ਹੌਲੀ ਘੱਟ ਨਿਕਲਦਾ ਪਰ ਹੁਣ ਇਹ ਤੁਸੀਂ ਚੈੱਕ ਕਰਨਾ ਇਹਨੂੰ ਅਸੀਂ ਫੈਟ ਚੈਲੇਂਜ ਟੈਸਟ ਕਹਿੰਦੇ ਹਾਂ ਕਿ ਹੁਣ ਨਿਕਲਦਾ ਕਿ ਨਹੀਂ ਨਿਕਲਦਾ ਨਿਕਲਦਾ ਜੇ ਨਿਕਲਦਾ ਇਹਦਾ ਮਤਲਬ ਆਪਣਾ ਆਪਰੇਸ਼ਨ ਕੰਮ ਕਰ ਰਿਹਾ ਠੀਕ ਹੈ ਕਿਉਂਕਿ ਹਰ ਇੱਕ ਦੀ ਅੰਤਰੀ ਦਾ ਫਰਕ ਹੈ ਉਹ ਦੁਬਾਰੇ ਤੋਂ ਜਮ੍ਹਾਂ ਕਰਨਾ ਸ਼ੁਰੂ ਕਰਦੀ ਆ ਪਰ ਜ਼ਿਆਦਾ ਅਸੀਂ ਇਹ ਦੇਖਦੇ ਹਾਂ ਵੀ 100 'ਚੋਂ 98 ਮਰੀਜ਼ ਐਵੇਂ ਹੀ ਦੱਸਦੇ ਜਿਵੇਂ ਤੁਸੀਂ ਦੱਸਦੇ ਕਿ ਵੀ ਨਿਕਲਦਾ ਤਾਂ ਹੈਗਾ ਪਰ ਪਹਿਲਾਂ ਨਾ ਉਹ ਘੱਟ ਹੈ ਕਿਉਂਕਿ ਵਜ਼ਨ ਜਿਹੜਾ ਘੱਟ ਕੇ ਇੱਕ ਥਾਂ 'ਤੇ ਰੁਕਣਾ ਉਹ ਰੁਕਦਾ ਵੀ ਤਾਂ ਹੀ ਹੈ ਰਾਦਰ ਰੁਕ ਕੇ ਥੋੜ੍ਹਾ ਜਿਹਾ ਵਧਣਾ ਵੀ ਹੈ ਇਹ ਸਾਰਿਆਂ ਦੀ ਸੇਮ ਕਰਵ ਜਾਣੀ ਹੈ ਇਹ ਨੈਚੁਰਲ ਕਰਵ ਹੈ ਦੀ ਬੈਰੇਟਿਕ ਸਰਜਰੀ ਪਰ ਇੱਥੇ ਆ ਕੇ ਫਿਰ ਆਪਣਾ ਰੋਲ ਆ ਜਾਂਦਾ ਹੁਣ ਕੋਈ ਤਾਂ ਪੈਗ ਜ਼ਿਆਦਾ ਲਾਊਗਾ ਕੋਈ ਮਿੱਠੀਆਂ ਚੀਜ਼ਾਂ ਜ਼ਿਆਦਾ ਲਊਗਾ ਕੋਈ ਕਿਤੇ ਦਫ਼ਤਰ 'ਚ ਬੈਠਾ ਕੋਈ ਅਫਸਰ ਚਾਹ ਹੀ ਪੀ ਜਾਂਦੇ ਕਈ ਵਾਰੀ 15-20 ਕੱਪ ਵੀ ਹੋ ਜਾਂਦੇ ਆ ਐਵੇਂ ਦੇ ਜਿਹੜੇ ਚੀਜ਼ਾਂ ਨੇ ਮੇਨ ਜਿਹੜਾ ਹੈਗਾ ਜੇ ਹੁਣ ਮਿੱਠੇ ਦੀ ਗੱਲ ਕਰੀਏ ਤਾਂ ਮੂੰਹ 'ਚ ਟੋਫੀ ਪਾ ਲਓ ਉਹ ਤਾਂ ਉੱਥੋਂ ਹੀ ਬਲੱਡ 'ਚ ਚਲੀ ਜਾਣੀ ਹੈ ਖਾਣ ਦੀ ਤਾਂ ਲੋੜ ਹੀ ਨਹੀਂ ਕੈਲੋਰੀ ਚਲੀਆਂ ਜਾਣੀਆਂ ਉਹਦੇ 'ਤੇ ਗੈਸਟ੍ਰਿਕ ਬਾਈਪਾਸ ਦਾ ਕੋਈ ਅਸਰ ਨਹੀਂ ਹੈਗਾ ਮਿੱਠਾ ਅਤੇ ਅੰਨ ਹੁਣ ਜਿਵੇਂ ਤੁਹਾਡੇ ਕੋਲ ਚੋਇਸ ਇਹ ਹੈ ਵੀ 2 ਰੋਟੀਆਂ ਖਾਂਦੇ ਆਪਾਂ ਸਲਾਦ ਖਾਓ ਕੌਲ ਵੱਡਾ ਬਾਊਲ ਭਰ ਕੇ ਕੌਲਾ ਠੀਕ ਹੈ ਸਬਜ਼ੀ ਵੀ ਵੱਡੇ ਰੱਖੋ ਪੇਂਡੂ ਸਟਾਈਲ ਦਹੀਂ ਰਾਇਤਾ ਰੂਤਾ ਇਹ ਖਾਣਾ ਪਹਿਲਾਂ ਨਾਲੇ ਤਾਂ ਤਾਕਤ ਚਾਹੀਦੀ ਹੈ ਪੂਰੀ ਨਾਲੇ ਫਿਰ ਉਸ ਤੋਂ ਬਾਅਦ ਰੋਟੀ ਇੱਕ ਨਾਲ ਹੀ ਕੰਮ ਚੱਲ ਦੂਜੀ ਗੱਲ ਹੈ ਕਿ ਜਿਹੜਾ ਅੰਨ ਖਾਣਾ ਉਹ ਦਿਨ 'ਚ 2 ਵਾਰੀ ਖਾਣਾ ਜੇ 3 ਵਾਰੀ ਖਾਂਦੇ ਹਾਂ ਤਾਂ ਇਹ ਸਮਝ ਲਓ ਵੀ ਉਹ ਵੀ ਆਪਾਂ ਫਿਰ ਪਰਮਾਤਮਾ ਦੀ ਰਜ਼ਾ 'ਚ ਨਹੀਂ ਹੈਗੇ ਇਹ ਤਾਂ ਜਲਦੀ ਲੱਗ ਗਏ ਹੋਵੋਗੇ ਤੁਸੀਂ 2 ਰੋਟੀਆਂ ਖਾਣ ਪਹਿਲੇ 1 ਸਾਲ ਦੇ ਵਿੱਚ ਲੱਗ ਗਏ ਸੀਗੇ ਸਾਲ ਪਹਿਲਾਂ 1 ਰੋਟੀ ਹੁਣ ਫਿਰ ਉੱਥੇ ਕੀ ਟਿਕਿਆ ਹੋਇਆ ਮਤਲਬ ਐਂ ਤਾਂ ਨਹੀਂ ਲੱਗ ਰਿਹਾ ਕਿ ਇਹ ਫੈਲਦਾ ਹੀ ਜਾ ਰਿਹਾ ਮੈਨੂੰ ਤਾਂ ਨਹੀਂ ਕਪੈਸਿਟੀ ਵੱਧਦੀ ਜਾ ਰਹੀ ਹੈ ਉੱਥੇ ਕੀ ਹੈ ਇਹ MGB 'ਚ ਅਸੀਂ ਦੇਖਿਆ ਵੀ ਇਹ ਜ਼ਿਆਦਾ ਵੱਧਦਾ ਨਹੀਂ ਹੈਗਾ ਕਿਉਂਕਿ ਇਹਦਾ ਮੂੰਹ ਖੁੱਲ੍ਹਾ ਡਰਿੰਕ ਦਾ ਮਿੱਠੇ ਦਾ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਸੈਲਡ ਵਗੈਰਾ ਜ਼ਿਆਦਾ ਖਾਓ ਵਿੱਚ ਵਿੱਚ ਭੁੱਖ ਲੱਗਦੀ ਹੈ ਫਰੂਟ ਖਾਓ ਜ਼ਿਆਦਾ ਜਿਹੜੀ ਪਲਾਂਟ ਬੇਸਡ ਜੇ ਆਪਾਂ ਡਾਇਟ ਰੱਖਦੇ ਹਾਂ ਤਾਂ ਕਾਮਯਾਬੀ ਹੈ ਸਿਰਫ ਡਾਇਟ ਦਾ ਹੀ ਰੌਲਾ ਬਾਕੀ ਜਿੰਨਾ ਕੁ ਸੈਰ ਸੂਰ ਕਰਨੀ ਤੁਰਨਾ ਫਿਰਨਾ ਉਹ ਆਪਣਾ ਕਰੀ ਚਲੋ ਅਤੇ ਆਪਾਂ ਗੁੱਡ ਰਹਿੰਦੇ ਹਾਂ ਠੀਕ ਹੈ ਅਤੇ ਵਿਟਾਮਿਨ ਵਗੈਰਾ ਖਾਂਦੇ ਰਹਿੰਦੇ ਹਾਂਜੀ ਅਤੇ ਟੈਸਟ 6 ਮਹੀਨੇ 'ਚ 1 ਵਾਰੀ ਜ਼ਰੂਰੀ ਆ ਠੀਕ ਕਦੇ ਕੋਈ ਘਟਿਆ ਤਾਂ ਨਹੀਂ ਹੈਗਾ ਤੁਹਾਡਾ ਇਹਦੇ 'ਚ ਉੱਦਾਂ ਤਾਂ ਠੀਕ ਹੈ ਅੱਛਾ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਤੁਰਨ ਫਿਰਨ 'ਚ ਕੋਈ ਦਿੱਕਤ ਤਾਂ ਨਹੀਂ ਹੈਗੀ ਸਾਹ ਸੋ ਨਹੀਂ ਚੜਦਾ ਠੀਕ ਹੈ ਚੈੱਕ ਚੁੱਕ ਵੀ ਕਰਦੇ ਰਹੇ ਕਰੋ ਸ਼ੂਗਰ ਵਗੈਰਾ ਠੀਕ ਰਹਿੰਦੀ ਹੈ ਐਵਰੇਜ ਸ਼ੂਗਰ ਆ ਉਹ ਟੈਸਟ ਜ਼ਰੂਰ ਕਰਾਇਆ ਕਰੋ ਠੀਕ ਹੈ